ਮੈਂ ਕੋੜੀ ਸਾਂ ਮੈਂ ਛੱਪੜੀ ਚ ਇਸ਼ਨਾਨ ਕੀਤਾ ਫਿਰ ਮਹਾਰਾਜ ਨੇ ਸੱਚ ਦਾ ਨਤਾਰਾ ਕੀਤਾ ਮਹਾਰਾਜ ਕਹਿੰਦੇ ਭਾਈ ਉਹ ਛੱਪੜੀ ਨਹੀਂ ਉਹ ਤੇ ਅੰਮ੍ਰਿਤ ਦਾ ਕੁੰਡ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਕੁੰਡ ਹੈ ਅੰਮ੍ਰਿਤ ਦਾ ਛੱਪੜੀ ਨਾ ਪਾਣੀ ਦੀ ਜਾਣੋ ਇਹ ਕੁੰਡ ਹੈ ਅੰਮ੍ਰਿਤ ਦਾ ਛੱਪੜੀ ਨਾ ਪਾਣੀ ਦੀ ਜਾਣੋ ਅੱਜ ਤੇਰੀ ਭਾਵਨਾ ਨੂੰ ਫਲ ਲੱਗਿਆ ਮਹਾਰਾਜ ਕਹਿੰਦੇ ਤੇਰੇ ਕਰਕੇ ਪ੍ਰਗਟ ਹੋਣਾ ਸੀ ਇਹ ਕੁੰਡ ਅੰਮ੍ਰਿਤ ਦਾ ਇਹ ਤੇ ਮਹਾਰਾਜ ਨੇ ਖੇਡ ਰਚਾਈ ਆ ਉਹ ਕਾਮਾਂ ਦਾ ਤੇ ਬਹਾਨਾ ਬਣਾਇਆ ਮਹਾਰਾਜ ਨੇ ਤਾਰਨਾ ਤੇ ਤੇਰੇ ਘਰ ਵਾਲੇ ਨੂੰ ਸੀ ਮਹਾਰਾਜ ਕਹਿੰਦੇ ਆ ਤੇਰੀ ਭਾਵਨਾ ਨੂੰ ਫਲ ਲੱਗਣਾ ਸੀ ਤੇਰੀ ਭਾਵਨਾ ਮਹਾਰਾਜ ਦੇ ਦਰ ਤੇ ਜਿਹੜਾ ਆਇਆ ਉਹ ਖਾਲੀ ਨਹੀਂ ਗਿਆ ਵੇਖੋ ਉਹ ਵੇਲੇ ਮਹਾਰਾਜ ਕਹਿੰਦੇ ਹੁਣ ਆਏ ਹੋ ਇੱਥੇ ਲੰਗਰ 'ਚ ਸੇਵਾ ਕਰਿਆ ਕਰੋ ਹੁਣ ਜਾਇਓ ਨਾ ਗੁਰੂ ਦੇ ਲੇਖੇ ਜੀਵਨ ਲਾਓ ਸਤ ਵਚਨ ਕਿਹਾ ਹੁਣ ਇਹਦੇ ਘਰ ਵਾਲਾ ਇਹ ਪ੍ਰਸ਼ਾਦੇ ਵਰਤਾਇਆ ਕਰੇ ਦਾਲਾਂ ਵਰਤਾਵੇ ਬੀਬੀ ਰਜਨੀ ਪ੍ਰਸ਼ਾਦੇ ਵਰਤਾਇਆ ਕਰੇ ਵੇਖੋ ਸੰਗਤ ਦੀ ਸੇਵਾ ਕਰਿਆ ਕਰਨ ਪੱਟੀ ਦਾ ਸੇਠ ਦੁਨੀ ਚੰਦ ਰਾਜ ਭਾਗ ਚੱਲਿਆ ਗਿਆ ਗਰੀਬੀ ਆ ਗਈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆਉਣਾ ਪਿਆ ਫਿਰ ਇੱਕ ਦਿਨ ਬੈਠਾ ਸੰਗਤ ਵਿੱਚ ਪ੍ਰਸ਼ਾਦਾ ਛਕਣ ਲਈ ਬੀਬੀ ਰਜਨੀ ਆਈ ਲਓ ਪਿਤਾ ਜੀ ਪ੍ਰਸ਼ਾਦਾ ਛਕ ਲਓ ਜਦੋਂ ਉੱਪਰ ਨਿਗਾਹ ਚੁੱਕ ਕੇ ਵੇਖਿਆ ਨਾ ਬਈ ਇਹ ਤੇ ਮੇਰੀ ਧੀ ਰਜਨੀ ਆ ਕਹਿੰਦਾ ਧੀਏ ਤੇਰਾ ਪਤੀ ਕਿੱਥੇ ਆ ਕੋੜੀ ਉਹ ਵੇਲੇ ਆਵਾਜ਼ ਮਾਰੀ ਉਹ ਵੀ ਆਇਆ ਉਹਨੇ ਦਾਲਾ ਪਾਇਆ ਲਓ ਪਿਤਾ ਜੀ ਦਾਲਾ ਪਵਾ ਲਓ ਪ੍ਰਸ਼ਾਦਾ ਛਕੋ ਜਦੋਂ ਨਾਲੇ ਪ੍ਰਸ਼ਾਦਾ ਛਕੇ ਤੇ ਨਾਲੇ ਉਹ ਵੇਲੇ ਨੀਵੀਂ ਪੈ ਗਈ ਸੇਠ ਦੁਨੀ ਚੰਦ ਦੀ ਕਹਿੰਦਾ ਓਏ ਤੇਰੇ ਤੇ ਕਿਰਪਾ ਕਹਿੰਦਾ ਮਹਾਰਾਜ ਨੇ ਕਰ ਦਿੱਤੀ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰ ਦਿੱਤੀ ਮੇਰਾ ਸਾਰਾ ਕੋੜ ਮਿਟ ਗਿਆ ਸੇਠ ਦੁਨੀ ਚੰਦ ਜਿਹੜਾ ਕਹਿੰਦਾ ਸੀ ਮੈਂ ਵੇਖਾਂਗਾ ਤੇਰਾ ਰੱਬ ਕਿਵੇਂ ਜਵਾਵੇ ਤੈਨੂੰ ਅੱਜ ਗੁਰੂ ਨਾਨਕ ਦੇ ਘਰ ਵਿੱਚ ਨੀਵਾਂ ਹੋ ਕੇ ਆਉਣਾ ਪਿਆ ਵੇਖੋ ਗੁਰੂ ਨਾਨਕ ਦੇ ਘਰ ਵਿੱਚ ਜਿਹਨੇ ਸ਼ਰਧਾ ਰੱਖੀ ਜਿਹਨੇ ਪ੍ਰੇਮ ਬਣਾਇਆ ਬੀਬੀ ਰਜਨੀ ਦਾ ਪ੍ਰੇਮ ਸੀ ਭਾਵਨਾ ਸੀ ਉਹਦੀ ਤਾਈਓ ਤੇ ਪੜ੍ਹਦੇ ਆ ਨਾ ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਕੋਈ ਨਾ ਮੁੜਿਆ ਤੇਰੇ ਤਨ ਤੋਂ
درد دی کوئی خیر دید دی پا دیو سائیاں روح بے صبری ہوئی مہاراج تیرے درشن ہندے رہنا کو ستنا سری واہ پھر جدوں سیٹھ دنی چند نے تن گرو رام داس مہارا دے درشن کیتے نا چرنا چٹے پیا کہندا مہاراج مینو نہیں سی پتا بھی گرو نانک دے گھر دا پرتاپ اتنا وڈا کو ستنا سری واہگرو اے تے سب تے وڈا ست گرو نانک جن کل راکھی میری آ ساڈا مان تان وڈیاں اے تے رائی ماتر نے گرو نانک دے گھر مورے ایویں مان دے گڈے بھری پھردے ہاں بھی ساڈے ورگا ہے ہی کوئی نہیں 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 پائی ایتے جس دا دتا کھاونا تس کہی ہے سواس نانک حکم نہ چلے نال خسم چلے ارداس ساڈا جیڑا مان تانا آنڈیاں گوانڈیاں چ چل جاندا یاراں ویلیاں کول روک چل جاندا رشتے داریاں چ مان تان چلے گا ٹیلی فون کیتا نان لیتا چل جاندا پر گرو نانک دے گھر وچ ساڈا مان نہیں چلدا ایتھے تے پریم چلدا کو ستنام سری واہ
ਪ੍ਰੇਮ ਨਾਲ ਜਿਹੜਾ ਵੀ ਆਇਆ ਉਹ ਤਰ ਗਿਆ, ਜਿਹੜਾ ਮਾਣ ਲੈ ਕੇ ਆਇਆ ਉਹਦਾ ਮਾਣ ਹੈ ਉਹਨੂੰ ਮਾਰ ਦਿੰਦਾ। ਵੇਖੋ ਸੇੜ ਦੁਨੀ ਚੰਦ ਨੂੰ ਨਿਭਣਾ ਪਿਆ, ਉਹਨੇ ਫਿਰ ਕਿਹਾ ਕਹਿੰਦਾ ਮਹਾਰਾਜ ਕਿਰਪਾ ਕਰੋ ਹੁਣ ਮੈਨੂੰ ਵੀ ਆਪਣਾ ਬਣਾ ਲਓ, ਕਿਰਪਾ ਕਰੋ। ਸਾਰਾ ਜੱਗ ਵੇਖ ਲਿਆ, ਮਿਲਿਆ ਨਾ ਤੇਰੇ ਵਰਗਾ। ਹੇ ਦਾਤਾ ਜੀ, ਹੇ ਮਾਲਕਾ, ਤੇਰੇ ਦੁਆਰੇ ਵਰਗਾ ਆ ਦੁਨੀਆਂ ਵਿੱਚ ਦੂਜਾ ਹੋਰ ਦਰੇ ਨਹੀਂ ਕੋਈ। ਆਖੋ ਸਤਨਾ ਸ੍ਰੀ ਵਾਹਿਗੁਰੂ। ਇਹ ਭਾਵਨਾ ਹੋਵੇ ਵੀ ਮੇਰੇ ਮਾਲਕ ਵਰਗਾ ਦੂਜਾ ਹੈ ਹੀ ਕੋਈ ਨਹੀਂ। ਜਿਨ੍ਹਾਂ ਦੀ ਇਹ ਭਾਵਨਾ ਉਹ ਨਹੀਂ ਡੋਲਦੇ ਕਦੇ, ਉਹ ਤੇ ਅਡੋਲ ਨੇ ਤੇਰੇ ਪਿਆਰੇ ਸਿਦਕੋ ਨਾ ਡੋਲਦੇ ਧਰਤੀ। ਬੇਸ਼ੱਕ ਡੋਲ ਜੇ ਧਰਤੀ ਭਾਵੇਂ ਡੋਲ ਜਾਏ, ਪਰ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਤੇ ਅਡੋਲ ਰਹਿੰਦੇ ਨੇ, ਡੋਲਦੇ ਨੇ, ਕਿਉਂਕਿ ਉਹ ਹਰ ਵੇਲੇ ਅਰਦਾਸ ਕਰਦੇ ਨੇ ਡੰਡੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਸਮਰੱਥ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਉਹ ਹਰ ਵੇਲੇ ਕਹਿੰਦੇ ਨੇ ਮਹਾਰਾਜ ਕਿਰਪਾ ਕਰਿਓ ਮੇਰਾ ਭਰਿਆ ਹੱਥ, ਸਿਰ ਤੇ ਰੱਖਿਓ ਕਦੇ ਚੁੱਕਿਓ ਨਾ ਮਹਾਰਾਜ, ਸਿਰ ਤੇ ਹੀ ਰੱਖਿਓ ਹੱਥ, ਬਸ ਹੱਥ ਸਿਰ ਤੇ ਹੀ ਰੱਖਿਓ ਜੀ, ਹੱਥ ਸਿਰ ਤੇ ਰੱਖਿਓ ਜੀ, ਹੱਥ ਸਿਰ ਤੇ ਰੱਖਿਓ ਜੀ, ਹੱਥ ਸਿਰ ਤੇ ਹੀ ਰੱਖਿਓ ਜੀ, ਹੱਥ ਸਿਰ ਤੇ ਰੱਖਿਓ ਜੀ, ਸਿਰ ਤੇ ਰੱਖਿਓ ਮਹਾਰਾਜ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਭਾਗਾਂ ਵਾਲੇ ਨੇ ਜਿਹੜੇ ਇਹ ਮੰਗ ਲੈਣ, ਵੇਖੋ ਆਪਾਂ ਭਾਗਾਂ ਵਾਲਿਆਂ ਗੁਰੂ ਰਾਮਦਾਸ ਮਹਾਰਾਜ ਦਾ ਅਵਤਾਰ ਦਿਹਾੜਾ ਰਲ ਮਿਲ ਕੇ ਮਨਾ ਰਹੇ ਹਾਂ। ਕੱਲ ਵੀ ਹਾਜ਼ਰੀ ਭਰੀ ਬੜੀ ਇਕਾਗਰਤਾ ਵਿੱਚ ਬਹਿ ਕੇ, ਅੱਜ ਵੀ ਬੜੀ ਮਿਹਰ ਹੋਈ ਹੈ, ਕੱਲ ਵੀ ਸੰਗਤ ਦਾ ਬੜਾ ਇਕੱਠ ਤੇ ਅੱਜ ਵੀ ਕੋਈ ਥਾਂ ਨਹੀਂ। ਪਿਆਰ ਵਿੱਚ ਭਾਗਾਂ ਵਾਲੇ ਚੱਲ ਕੇ ਆਉਂਦੇ ਨੇ ਤੇ ਮੈਨੂੰ ਗੁਰਮੁਖ ਪਿਆਰੇ ਭਾਈ ਹਰਜਿੰਦਰ ਸਿੰਘ ਜੀ ਸਤਿਗੁਰੂ ਇਹ ਕਾਰਜ ਕਰਾ ਰਹੇ ਨੇ ਅੱਗੇ ਹੋ ਕੇ ਜਿਨ੍ਹਾਂ ਤੋਂ। ਉਹ ਕਹਿੰਦੇ ਬਾਬਾ ਜੀ ਕਿੱਥੇ ਗਈਆਂ ਲਾਲਾਂ ਦੀਆਂ ਜੋੜੀਆਂ, ਧਾਰਨਾ ਪੜਿਓ ਪਿਆਰ ਵਿੱਚ। ਇਹ ਉਹ ਵੇਲੇ ਦਾ ਨਕਸ਼ਾ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ। ਮਤਾਵਾਂ ਆਈਆਂ ਦਿੱਲੀ ਤੋਂ ਚੱਲ ਕੇ, ਕਹਿੰਦੀਆਂ ਮਹਾਰਾਜ ਪਿਆਰ ਵਾਲੇ ਸਭ ਨਜ਼ਰ ਆ ਰਹੇ ਨੇ, ਸਾਡੇ ਜਿਗਰ ਦੇ ਟੋਟੇ ਨਜ਼ਰ ਨਹੀਂ ਆਉਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵੇਲੇ ਮਤਾਵਾਂ ਨੇ ਪੁੱਛਿਆ ਦਾਤਾ ਜੀ, ਮੇਰੇ ਦਾਤਾ ਜੀ ਕਿੱਥੇ ਗਈਆਂ ਲਾਲਾਂ ਦੀਆਂ ਜੋੜੀਆਂ, ਮੇਰੇ ਦਾਤਿਆਂ ਕਿੱਥੇ ਗਈਆਂ ਲਾਲਾਂ ਦੀਆਂ ਜੋੜੀਆਂ, ਮੇਰੇ ਦਾਤਾ ਜੀ ਕਿੱਥੇ ਗਈਆਂ ਲਾਲਾਂ। ਦਾਤਾ ਜੀ
ਕਿੱਥੇ ਗਈਆਂ ਸਾਡੇ ਸੋਹਣੇ ਲਾਲਾਂ ਦੀਆਂ ਜੋੜੀਆਂ ਕਿੱਥੇ ਗਈਆਂ ਸਾਡੇ ਮਹਾਰਾਜ ਨੇ ਫਿਰ ਕਿਹਾ ਸੀ ਦੋ ਜੰਗ ਵਿੱਚ ਵਾਰੇ ਵੇ ਦੋ ਸਰਹੰਦ ਦੀਆਂ ਨੀਹਾਂ ਚ ਵਿਛੋੜੀਆਂ ਦੋ ਜੰਗ ਵਿੱਚ ਵਾਰੇ ਦੋ ਨੀਹਾਂ ਚ ਵਿਛੋੜੀਆਂ ਮਹਾਰਾਜ ਨੇ ਇਹ ਵਚਨ ਕਿਹਾ ਮਤਾਵਾਂ ਨੂੰ ਵੇਖੋ ਧੰਨ ਜਿਗਰਾ ਮੇਰੇ ਕਲਗੀਧਰ ਪਿਤਾ ਜੀ ਦਾ ਕੱਲ ਸੁਣਿਆ ਸੀ ਨਾ ਕਿਵੇਂ ਲੜਿਆ ਅਜੀਤ ਕਿਵੇਂ ਲੜਿਆ ਜੁਝਾਰ ਪਿਆਰ ਵਾਲੇ ਮੈਨੂੰ ਕਹਿੰਦੇ ਬਾਬਾ ਜੀ ਅੱਜ ਫੇਰ ਗਾ ਦਿਓ ਤੇ ਮੈਂ ਕਿਹਾ ਵੀ ਅੱਜ ਬਾਰਵਾਂ ਦੀਵਾਨ ਨਾਲ ਲਗਾਤਾਰ ਜਿੱਥੇ ਜਿੱਥੇ ਹਾਜ਼ਰੀ ਭਰੀ ਮੇਰਾ ਖਿਆਲ ਆ ਵੀ ਕੋਈ ਉਹ ਦੀਵਾਨ ਖਾਲੀ ਲੰਘਿਆ ਹੋਣਾ ਜਿੱਥੇ ਨਾ ਗਾਈ ਹੋਵੇ ਘੱਟੋ ਘੱਟ 10 ਦੀਵਾਨਾਂ ਵਿੱਚ ਇਹ ਘੋੜੀ ਗਾਈ ਤੇ ਅੱਜ ਵੀ ਮੈਨੂੰ ਕਹਿੰਦੇ ਬਾਬਾ ਜੀ ਰਿਕਾਰਡਿੰਗ ਹੋ ਰਹੀ ਆ ਤੇ ਅਸੀਂ ਜ਼ਰੂਰ ਉਹ ਸੁਣਨਾ ਚਾਹੁੰਦੇ ਹਾਂ ਭਾਵੇਂ ਸਮਾਂ ਉੱਚਾ ਹੁੰਦਾ ਜਾ ਰਿਹਾ ਵੇਖੋ ਆਪ ਸੰਗਤਾਂ ਦਾ ਪਿਆਰ ਆ ਤੀਜੀ ਥਾਂ 'ਤੇ ਹਾਜ਼ਰੀ ਭਰਦਾ ਪਿਆ ਮੈਂ ਸਵੇਰ ਦਾ ਸਵੇਰੇ 9 ਤੋਂ 11 ਹਾਜ਼ਰੀ ਭਰ ਕੇ ਆਏ ਫਿਰ ਦੁਪਹਿਰ ਵੇਲੇ 12 ਤੋਂ 2 ਦਾ ਸਮਾਂ ਹਾਜ਼ਰੀ ਭਰੀ ਅਤੇ ਹੁਣ ਇੱਥੇ ਆ ਹਾਜ਼ਰੀ ਭਰ ਰਹੇ ਹਾਂ 2 ਘੰਟੇ ਦੇ ਤਕਰੀਬਨ ਇੱਥੇ ਸਮਾਂ ਨੇੜੇ ਜਾ ਰਿਹਾ 2.25 ਘੰਟੇ ਹੋ ਗਏ 8:30 ਸ਼ੁਰੂ ਕੀਤਾ 9:15 ਤਕਰੀਬਨ ਅਤੇ ਆਓ ਬਸ ਆ ਘੋੜੀ ਗਾ ਕੇ ਫਿਰ ਆਪਾਂ ਸਮਾਪਤੀ ਕਰ ਦਿਆਂਗੇ ਕੱਲ੍ਹ ਨੂੰ ਗੰਗਾ ਨਗਰ ਤੋਂ MH1 ਤੇ ਉਹ ਪੁੱਛੋ ਕਲਾਂ ਵਾਲੇ ਮਹਾਂਪੁਰਸ਼ਾਂ ਦੀ ਠਾਠ ਆ ਨਾ ਉੱਥੇ ਨਾਨਕ ਸਰ ਵਾਲਿਆਂ ਦੀ ਉਹ MH1 ਤੇ ਲਾਈਵ ਟੈਲੀਕਾਸਟ ਹੋਣਾ ਭਾਵੇਂ ਅੱਜ ਵੀ ਚੱਲਦਾ ਪਿਆ ਅਤੇ ਕੱਲ੍ਹ ਨੂੰ ਉੱਥੇ ਇਹ ਜਥੇ ਨੇ ਹਾਜ਼ਰੀ ਭਰਨੀ ਆ ਰਾਤ ਵੇਲੇ ਬਾਬਾ ਸੁਖਦੇਵ ਸਿੰਘ ਜੀ ਪੁੱਛੋ ਕਲਾਂ ਵਾਲੇ ਉਹਨਾਂ ਨੇ ਵੀ ਇੰਨਾ ਪਿਆਰ ਕੀਤਾ ਕਹਿੰਦੇ ਬਾਬਾ ਜੀ ਸਾਡੇ ਸਾਰੇ ਸਮਾਗਮਾਂ ਵਿੱਚ ਆਇਆ ਕਰੋ ਸਾਰਿਆਂ ਵਿੱਚ ਸਾਈਆਂ ਤੂੰ ਮੁਖੜਾ ਨਾ ਮੋੜੀ ਇਹ ਧਾਰਨਾ ਪੜਿਆ ਕਰੋ ਅਤੇ ਅੱਜ ਮੈਂ ਸੱਚ ਕਹਿ ਦਿੰਦਾ ਸੰਗਤ ਵਿੱਚ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਨਾਨਕਸਰ ਸਾਹਿਬ ਦੀ ਮਰਿਆਦਾ ਦੇ ਥੰਮ ਨੇ ਉਹ ਸਿੰਘੜੇ ਵਾਲੇ ਕਰਨਾਲ ਵਿਖੇ ਅਸੀਂ ਪਿਛਲੇ ਸਾਲ ਉੱਥੇ ਹਾਜ਼ਰੀ ਭਰ ਕੇ ਆਏ ਸਾਂ ਅਤੇ 1.5 ਘੰਟਾ ਬਾਬਾ ਰਾਮ ਸਿੰਘ ਜੀ ਸਾਹਮਣੇ ਬੈਠੇ ਰਹੇ 1.5 ਘੰਟਾ ਉਹਨਾਂ ਨੇ ਕੀਰਤਨ ਸੁਣਿਆ ਅਤੇ ਉਹਨਾਂ ਨੇ ਬਾਅਦ ਵਿੱਚ ਇੱਕ ਵਚਨ ਕਿਹਾ ਕਹਿੰਦੇ ਬਾਬਾ ਪਿਆਰਾ ਸਿੰਘ ਜੀ ਨੇ ਕੀਰਤਨ ਕੀਤਾ ਅਤੇ ਭਾਈ ਕੰਠੇ ਦੀ ਸਾਖੀ ਸੁਣਾਈ ਹੈ ਕਹਿੰਦੇ ਸਾਨੂੰ ਭਾਈ ਕੰਠਾ ਤੁੱਲੀ ਵਿੱਚ ਬੈਠਾ ਨਜ਼ਰ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਨੇ ਇਹ ਵਚਨ ਕੀਤਾ ਇੰਨਿਆਂ ਉਹਨਾਂ ਨੇ ਸਾਨੂੰ ਪ੍ਰੇਮ ਸਤਿਕਾਰ ਮਾਣ ਸਨਮਾਨ ਸਾਡੀ ਗੱਡੀ ਭਰ ਦਿੱਤੀ ਮਾਣ ਸਨਮਾਨਾਂ ਨਾਲ ਉਹਨਾਂ ਨੇ ਅਤੇ ਮੈਨੂੰ ਪਰਸੋਂ ਉਹਨਾਂ ਦਾ ਟੈਲੀਫੋਨ ਆਇਆ ਕਹਿੰਦੇ ਬਾਬਾ ਜੀ ਯਾਦ ਕਰਦੇ ਨੇ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਅੱਜ ਦਾ ਸਮਾਂ ਉਹ ਮੰਗਦੇ ਸੀ ਅੱਜ ਦਾ ਸਮਾਂ ਕਹਿੰਦੇ ਭਾਈ ਦਵਿੰਦਰ ਸਿੰਘ ਜੀ ਸੋਢੀ ਬਾਹਰ ਚਲੇ ਗਏ ਅਤੇ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਉਹਨਾਂ ਨੂੰ ਕੋਈ ਜ਼ਰੂਰੀ ਰਜੇਵਾ ਪੈ ਗਿਆ ਕਹਿੰਦੇ ਦੋ ਜਥੇ ਮਿਸ ਹੋ ਗਏ ਅਤੇ ਬਾਬਾ ਰਾਮ ਸਿੰਘ ਜੀ ਕਹਿੰਦੇ ਬਾਬਾ ਪਿਆਰਾ ਸਿੰਘ ਨੂੰ ਫੋਨ ਕਰੋ ਉਹ ਹਾਜ਼ਰੀ ਭਰਨਾ ਕੇ ਸਤਿ ਸ੍ਰੀ ਅਕਾਲ ਅਤੇ
سچ جانے ہو میں کہا بابا جی میرے بڑے پاک نے تسی میں نو یاد کیتا پر میں تین پاسے سما نہیں بیٹھا انہاں نے میں نو پھر ست وچنے کیا کہ دے بابا جی جے تو اڈا سما لکیا ہویا پھر اسی مجبور نہیں کر دے تو انو تے سچ جانے ہو میں تو اڈے پریم دا بدا انہاں نو نا کیتی میرا ہردہ اندروں دکھی ہویا میں انہاں نو نا کرنی نہیں سی چوندا انہیں پیار آلے سادو نے ہو انہاں دے کول بہ جائیے اٹھن نو جی نہیں کردا اتنا پیار کردے نے ہو اسی گئے سانو سمرنے دتے انہاں نے بستر وی تے گڈی وچ ساڈی گڈی آ پھلا فروٹا نال بھر دتی اتنا انہاں نے مان سنمان دتا وہ بھلیا نہیں جا سکتا پہلی واری میں بابا جی دے درشن کیتے اوتھے سنگڑے کرنال اوتھے حاضری پری ڈیڑھ گھنٹہ باب کہن دا بھی